ਅੱਜ ਅਸੀਂ ਤੁਹਾਨੂੰ ਦਿਖਾਣੇ ਆ ਬਠਿੰਡਾ ਦੇ ਮੋੜ ਹਲਕੇ ਦਾ ਪਿੰਡ ਮਾਨਕ ਖਾਨਾ ਇਸ ਪਿੰਡ ਦੀ ਖਾਸियत ਹੈ ਕਿ ਪਿੰਡ ਦੇ ਵਿੱਚ ਔਰਤਾਂ ਨੂੰ ਸਨਮਾਨ ਦਿੱਤਾ ਗਿਆ ਹੈ ਘਰ ਦੇ ਬਾਰ ਜਿਹੜੀ ਨੇਮ ਪਲੇਟਾਂ ਲੱਗਦੀਆਂ ਉਸ ਨੇਮ ਪਲੇਟ ਦੇ ਉੱਤੇ ਘਰ ਦੀ ਵੱਡੀ ਔਰਤ ਦਾ ਨਾਮ ਲਿਖਿਆ ਜਾਂਦਾ ਤੇ ਸਭ ਤੋਂ ਪਹਿਲਾਂ ਤੁਹਾਨੂੰ ਨੇਮ ਪਲੇਟ ਅਸੀਂ ਦਿਖਾਣੇ ਆ ਅਸੀਂ ਇਸ ਵਕਤ ਮਾਨਕ ਖਾਨਾ ਪਿੰਡ ਦੇ ਵਿੱਚ ਮੌਜੂਦ ਆ ਤੁਸੀਂ ਦੇਖੋ ਇਹ ਜਿਹੜੀ ਪਹਿਲ ਹੈਗੀ ਇਹ ਪੰਚਾਇਤ ਵੱਲੋਂ ਕੀਤੀ ਗਈ ਹੈ ਕਿ ਘਰ ਦੇ ਜਿਹੜੀ ਸਭ ਤੋਂ ਵੱਡੀ ਔਰਤ ਹੈ ਉਹਦਾ ਨਾਮ ਸਭ ਤੋਂ ਪਹਿਲਾਂ ਨੇਮ ਪਲੇਟ ਤੇ ਲਿਖਿਆ ਜਾਊਗਾ ਜਿਵੇਂ ਇਸ ਪਲੇਟ ਦੇ ਉੱਤੇ ਲਿਖਿਆ ਹੋਇਆ ਅੰਗਰੇਜ਼ ਕੌਰ ਵਾਈਫ ਆਫ ਤੇ ਨਾਲ ਹੀ ਸਲੋਗਨ ਵੀ ਲਿਖਿਆ ਹੋਇਆ ਪਾਣੀ ਬਚਾਓ ਪਵਿੱਕ ਬਚਾਓ ਇਸ ਤਰੀਕੇ ਦੀਆਂ ਨੇਮ ਪਲੇਟਾਂ ਇਹ 550 ਸਾਲਾ ਜਿਹੜਾ ਗੁਰੂ ਸਾਹਿਬ ਦਾ ਆਇਆ ਸੀ ਉਹਦੇ ਸੰਬੰਧ ਦੇ ਵਿੱਚ ਇਹ ਸ਼ੁਰੂਆਤ ਕੀਤੀ ਗਈ ਹੈ ਤੇ ਜਿੰਨੇ ਪਿੰਡ ਦੇ ਵਿੱਚ ਘਰ ਹੈਗੇ ਆ ਸਾਰੇ ਘਰਾਂ ਦੇ ਬਾਹਰ ਇਸੇ ਤਰੀਕੇ ਨਾਲ ਨੇਮ ਪਲੇਟਾਂ ਲੱਗ ਰਹੀਆਂ ਤੇ ਜਿਹੜੇ ਰਸਤੇ ਹੈਗੇ ਆ ਜਾਂ ਮਾਰਗ ਹੈਗੇ ਆ ਉਹਨਾਂ ਦਾ ਨਾਮ ਵੀ ਜਿਹੜਾ ਉਹ ਗੁਰੂ ਸਾਹਿਬ ਦੇ ਨਾਮ ਦੇ ਨਾਲ ਹੀ ਰੱਖਿਆ ਜਾ ਰਿਹਾ ਸਭ ਤੋਂ ਪਹਿਲਾਂ ਗੱਲ ਕਰਦੇ ਆ ਸਾਡੇ ਨਾਲ ਪਿੰਡ ਦੀ ਸਰਪੰਚਾ ਸੈਸ਼ਨਦੀਪ ਕੋਰੋਣਾ ਦਾ ਨਾਮ ਹੈ ਉਹਨਾਂ ਨਾਲ ਗੱਲ ਕਰਦੇ ਆ ਇਹ ਜਿਹੜੀ ਪਹਿਲ ਕੀਤੀ ਹੈ ਜੀ ਕਿਉਂਕਿ ਅਸੀਂ ਪੁਰਸ਼ ਪ੍ਰਧਾਨ ਦੇਸ਼ ਦੇ ਵਿੱਚ ਰਹਿੰਦੇ ਆ ਪੁਰਸ਼ਾਂ ਨੂੰ ਵੱਧ ਪਹਿਲ ਦਿੱਤੀ ਜਾਂਦੀ ਹੈ ਇਹ ਕਿਵੇਂ ਤੁਹਾਡੇ ਪਲਾਨ ਆ ਮਾਈਂਡ ਏ ਪਲਾਨ ਸੀਗਾ ਜੀ ਪਹਿਲਾਂ ਮੈਂ ਹਿੰਮਤਪੁਰਾ ਪਿੰਡ ਵਿਜ਼ਿਟ ਕੀਤਾ ਸੀਗਾ ਉੱਥੋਂ ਮੈਨੂੰ ਇਹ ਪਲਾਨ ਆਇਆ ਕਿ ਸਾਡੇ ਪਿੰਡ ਵਿੱਚ ਵੀ ਇਹ ਹੋਣੇ ਚਾਹੀਦਾ ਬਿਕੋਜ਼ ਇਹ ਬਹੁਤ ਵਧੀਆ ਸਕੀਮ ਲੱਗੀ ਮੈਨੂੰ ਕਿਉਂਕਿ ਔਰਤਾਂ ਨੂੰ ਸਾਡੇ ਸਮਾਜ ਵਿੱਚ ਬੰਦ ਆ ਜੋ ਉਹਦਾ ਨਹੀਂ ਦਿੱਤਾ ਜਾਂਦਾ ਸਾਡੇ ਗੁਰੂ ਨਾਨਕ ਦੇਵ ਜੀ ਬਾਬਾ ਜੀ ਨੇ ਵੀ ਇਹ ਸਿੱਖਿਆ ਦਿੱਤੀ ਹੈ ਕਿ ਉਹਨਾਂ ਨੇ ਔਰਤਾਂ ਨੂੰ ਬਹੁਤ ਉੱਚਾ ਸਨਮਾਨ ਦਿੱਤਾ ਪਰ ਸਾਡੇ ਸਮਾਜ ਵਿੱਚ ਕੁਝ ਇਹੋ ਜਿਹੀਆਂ ਕੁਰਿਤੀਆਂ ਹੋਣ ਕਰਕੇ ਉਹਨਾਂ ਨੂੰ ਉਹ ਬੰਦ ਉਹਦਾ ਨਹੀਂ ਦਿੱਤਾ ਗਿਆ ਇਸ ਲਈ ਮੇਰੇ ਵੱਲੋਂ ਇਹ ਸੀ ਕਿ ਉਹਨਾਂ ਨੂੰ ਪੂਰੀ ਜਿਹੜਾ ਇੱਜ਼ਤ ਮਾਨ ਹੈ ਉਹ ਬਖਸ਼ਿਆ ਜਾਵੇ ਔਰ ਤਾਂ ਹਾਂ ਜੀ ਫਿਰ ਕਿਵੇਂ ਸਲਾਹ ਕੀਤੀ ਤੁਸੀਂ ਪਿੰਡ ਦੇ ਲੋਕ ਜਿਹੜੇ ਰਾਜ਼ੀ ਹੋਏ ਸੀ ਹਾਂਜੀ ਮੈਨੂੰ ਮਤਲਬ ਬਹੁਤ ਵਧੀਆ ਸਹਿਯੋਗ ਮਿਲਿਆ ਜਦੋਂ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਜਦੋਂ ਸੈਕਟਰੀ ਸਾਹਿਬ ਨੇ ਮੈਨੂੰ ਇਹਦੇ ਬਾਰੇ ਦੱਸਿਆ ਜਾਂ ਅਸੀਂ ਪੂਰੀ ਖੁੱਲ੍ਹ ਕੇ ਗੱਲਬਾਤ ਕੀਤੀ ਤਾਂ ਅਸੀਂ ਸਾਰਿਆਂ ਨੂੰ ਹੀ ਮਤਲਬ ਜਿਹੜੇ ਪਿੰਡ ਦੇ ਲੋਕ ਆ ਉਹਨਾਂ ਨੂੰ ਬਹੁਤ ਵਧੀਆ ਇਹ ਲੱਗਿਆ ਤੇ ਉਹਨਾਂ ਨੇ ਮੇਰਾ ਪੂਰਾ ਸਹਿਯੋਗ ਦਿੱਤਾ ਕਿਵੇਂ ਹੁਣੇ ਸ਼ੁਰੂਆਤ ਇਹਦੀ ਹੋ ਚੁੱਕੀ ਹੈ ਅੱਗੇ ਟੀਚਾ ਕੀ ਹੈ ਤੁਹਾਡਾ ਅਗੇ ਅਸੀਂ ਸਾਰੇ ਪਿੰਡ ਨੂੰ ਕਵਰ ਕਰਨਾ ਇਸ ਦੇ ਨਾਲ ਕਿਉਂਕਿ ਅਸੀਂ ਕੁਝ ਕੁ ਘਰਾਂ ਦੇ ਲਾਈਆਂ ਨੇ ਐਂਡ ਅਸੀਂ ਚਾਹੁੰਦੇ ਹਾਂ ਕਿ ਹੋਰ ਵੀ ਜੋ ਔਰਤਾਂ ਦੇ ਲਈ ਸਕੀਮਜ਼ ਐ ਔਰਤਾਂ ਨੂੰ ਉੱਚਾ ਚੁੱਕਣ ਲਈ ਉਹਨਾਂ ਦਾ ਹੌਸਲਾ ਫਜਾਈ ਕਰਨ ਲਈ ਉਹਨਾਂ ਨੂੰ ਏਮਪਾਵਰ ਕਰਨ ਲਈ ਅਸੀਂ ਸਾਰੇ ਕੰਮ ਉਹ ਕਰਾਂਗੇ ਜੋ ਔਰਤਾਂ ਦੇ ਹਿੱਤ ਵਿੱਚ ਹੋਣਗੇ ਤੁਹਾਨੂੰ ਲੱਗਦਾ ਕਿ ਜਿਹੜੀ ਸ਼ੁਰੂਆਤ ਹੋਈ ਹੈ ਹੋਰ ਨਾਲ ਪਿੰਡਾਂ ਵਿੱਚ ਵੀ ਹੋਣੀ ਚਾਹੀਦੀ ਕਿਉਂਕਿ ਔਰਤਾਂ ਦੇ ਤਸ਼ੱਦਦ ਜਿਹੜਾ ਅੱਜ ਵੀ ਜਾਰੀ ਹੈਗਾ ਕੁੜੀਆਂ ਹੋਣ ਔਰਤਾਂ ਨੂੰ ਤਸ਼ੱਦਦ ਜਾਰੀ ਹੈ ਇਸ ਤਰੀਕੇ ਦੀ ਜਿਹੜੀ ਪਰਸੈਪਸ਼ਨ ਲੋਕਾਂ ਦੀ ਬਣੀ ਹੋਈ ਆ ਗਲਤ ਪਰਸੈਪਸ਼ਨ ਹੈਗੀ ਆ ਕਿ ਔਰਤਾਂ ਅੱਗੇ ਨਹੀਂ ਜਾ ਜਾਂ ਨਾਮ ਅੱਗੇ ਨਹੀਂ ਲਿਖਤ ਤੁਹਾਨੂੰ ਲੱਗਦਾ ਹੈ ਕਿ ਮਾਨਸਿਕਤਾ ਚੇਂਜ ਹੋਗੀ ਲੋਕਾਂ ਦੀ ਇਸ ਚੀਜ਼ ਨਾਲ ਹਾਂਜੀ ਬਿਲਕੁਲ ਚੇਂਜ ਹੋਊਗੀ ਆਪਾਂ ਛੋਟੇ ਛੋਟੇ ਕਦਮ ਮਨਾਂ ਲਈ ਵੱਡੀਆਂ ਜੋ ਚੇਂजेस ਆਉਂਦੀਆਂ ਨੇ ਇਸ ਲਈ ਜੇ ਅੱਜ ਅਸੀਂ ਕੁਝ ਇੱਕ ਅੱਧਾ ਕਦਮ ਚੱਕਾਂਗੇ ਤਾਂ ਕੱਲ ਨੂੰ ਹੋਰ ਜਿਹੜੇ ਆ ਮਤਲਬ ਸਾਡੀ ਸੋਚ ਦੇ ਵਿੱਚ ਬਦਲਾਅ ਜ਼ਰੂਰ ਆਉਣਗੇ ਐਂਡ ਇਹ ਮੈਨੂੰ ਲੱਗਦਾ ਹੈ ਫਰਸਟ ਸਟੈਪ ਆ ਅੱਗੇ ਹੋਰ ਜੋ ਸਟੈਪਸ ਚੱਕਾਂਗੇ ਤਾਂ ਲੋਕਾਂ ਨੂੰ ਸਮਝ ਆਊਗੀ ਤੇ ਹੋਰ ਵੀ ਉਹ ਸਾਡਾ ਸਹਿਯੋਗ ਦੇਣਗੇ ਹੋਰ ਕਿੰਨੀਆਂ ਕ ਨੇਮ ਪਲੇਟਸ ਇੱਥੇ ਤੁਸੀਂ ਲਗਾਉਣੀਆਂ ਆ ਉਹਦੇ ਬਾਰੇ ਕੀ ਅਸੀਂ ਜੋ ਨੇਮ ਪਲੇਨਸ ਲਗਾਨੀਆਂ ਉਹ ਸਾਰਿਆਂ ਦੇ ਘਰਾਂ ਅੱਗੇ ਲਗਾਵਾਂਗੇ ਐਂਡ ਔਰਤਾਂ ਦੇ ਨਾਮ ਤੇ ਹੀ ਸ਼ੁਰੂ ਹੋਣਗੀਆਂ ਸਾਰਿਆਂ ਦੇ ਘਰ ਅੱਗੇ ਹਾਂਜੀ ਤੁਹਾਡਾ ਕੀ ਕਹਿਣਾ ਜੀ ਇਸ ਪਿੰਡ ਦੇ ਵਿੱਚ ਮਾਨਕ ਖਾਨਾ ਚ ਔਰਤਾਂ ਦੇ ਨਾਮ ਤੇ ਪਲੇਟਾਂ ਲੱਗ ਰਹੀਆਂ ਪਹਿਲਾ ਨਾਮ ਲਿਖਿਆ ਜਾਂਦਾ ਔਰਤ ਦਾ ਹਾਂਜੀ ਕਿੱਦਾਂ ਦਾ ਲੱਗਦਾ ਬਹੁਤ ਵਧੀਆ ਲੱਗਦਾ ਜੀ ਬਹੁਤ ਵਧੀਆ ਕਰ ਰਹੇ ਨੇ ਸਾਡੇ ਪਿੰਡ ਦੀ ਪੰਚਾਇਤ ਤੇ ਸਰਪੰਚ ਸਾਹਿਬਾਨ ਬਹੁਤ ਵਧੀਆ ਕਰ ਰਹੇ ਨੇ ਇਹ ਤੁਹਾਨੂੰ ਖੁਸ਼ੀ ਹੁੰਦੀ ਹੈ ਕਿਉਂਕਿ ਆਮ ਤੌਰ ਤੇ ਬੰਦਿਆਂ ਦਾ ਨਾਂ ਹੀ ਲਿਖਿਆ ਜਾਂਦਾ ਹੁਣ ਔਰਤ ਦਾ ਲਿਖਿਆ ਹੈ ਘਰ ਦੇ ਬਾਹਰ ਔਰਤ ਦਾ ਨਾਮ ਪੜ ਕੇ ਘਰ ਦੀ ਵੱਡੀ ਜਿਹੜੀ ਔਰਤ ਹੈ ਕੀ ਮਹਿਲਾ ਹੈਗੀ ਹੈ ਉਹ ਤਾਂ ਨਾਂ ਪੜ ਕੇ ਲੋਕ ਜਿਹੜੇ ਜਾਣਦੇ ਆ ਹਾਂਜੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਇਹ ਬਿਲਕੁਲ ਹੋਰ ਵੀ ਲੋਕ ਆ ਕੇ ਪਿੰਡ ਦੇ ਗੱਲ ਕਰਦੇ ਆ ਕੀ ਛੋਪਨਾਮਾ ਤੁਹਾਡਾ ਜੀ ਪਰਮਜੀਤ ਜੀ ਪਰਮਜੀਤ ਜੀ ਸਾਨੂੰ ਇਹ ਦੱਸੋ ਕਿ ਜਿਹੜੀ ਇਹ ਨੇਮ ਪਲੇਟਸ ਲੱਗ ਰਹੀਆਂ ਕਿੰਨਾ ਕੁ ਦਾ ਫਾਇਦਾ ਹੋਵੇਗਾ ਇਹਦਾ ਜੀ ਬਹੁਤ ਜ਼ਿਆਦਾ ਫਾਇਦਾ ਹੋਣਾ ਇਹ ਹੈ ਕਿ ਇੱਕ ਤਾਂ ਔਰਤਾਂ ਦਾ ਇਹਦਾ ਸਨਮਾਨ ਹੈਗਾ ਹੈ ਹਨਾ ਜੀ ਇਹ ਇਕੱਲਾ ਔਰਤਾਂਦਨੀ ਨਾਲੇ ਜਿਹੜੇ ਨੇਮ ਪਲੇਟਾਂ ਤੇ ਸਮਾਜਿਕ ਕ੍ਰਿਤੀਆਂ ਖਿਲਾਫ ਜਿਹੜੇ ਸਲੋਗਨ ਲਿਖੇ ਗਏ ਨੇਗੇ ਇਹ ਇੱਕ ਸਮਾਜ ਨੂੰ ਜਿਹੜਾ ਹੈਗਾ ਸੇਧ ਦੇਣਗੇ ਹਨਾ ਜੀ ਇਸ ਤੋਂ ਇਲਾਵਾ ਜਿਹੜੇ ਹੈਗੇ ਔਰਤਾਂ ਦੇ ਨਾਮ ਤੇ ਅਸੀਂ ਸਗਨ ਸਕੀਮ ਦਾ ਵੀ ਕੀਤਾ ਹੋਇਆ ਇੱਥੇ ਤੇ ਇਸ ਦੇ ਤਕਰੀਬਨ ਇਹ ਕੋਈ ਅਸੀਂ ਇੱਕ ਇਹਦੇ ਚ ਹੋਰ ਆ ਵੀ ਪੰਚਾਇਤ ਨੇ ਕੋਈ ਵਿੱਤੀ ਬੋਝ ਨਹੀਂ ਮਤਲਬ ਆਇਆ ਸਿਰਫ ਇਹ ਸਾਰਾ ਦਾਨ ਨਾਲ ਹੋ ਰਿਹਾ ਹੈ ਕੰਮ ਜਿਹੜਾ ਹੈਗਾ ਸਾਰੇ ਘਰਾਂ ਨੂੰ ਅਸੀਂ ਕਵਰ ਕਰਨਾ ਹੈਗਾ ਤੇ ਇਸ ਤਰੀਏ ਵਾਰਡਾਂ ਦੇ ਨਾਮ ਪੰਜ ਹੈਗੇ ਨੇ ਉਹਨਾਂ ਗੁਰੂਆਂ ਦੇ ਨਾਮ ਤੇ ਰੱਖਣੇ ਹੈਗੇ ਆਗੇ ਇਹ ਸਾਰਾ ਸਾਡੀ ਸ਼ੁਰੂਆਤ ਹੈਗੀ ਪਹਿਲੀ ਹੈਗੀ ਜਿਹੜੇ ਹੁਣ ਤੁਸੀਂ ਜਿਵੇਂ ਕਿਸੇ ਘਰ ਦੇ ਬੰਦੇ ਨੂੰ ਮਿਲਣ ਜਾਂਦੇ ਹੋ ਉਹਨੂੰ ਦੱਸ ਦਿਓ ਕਿ ਅਸੀਂ ਤੁਹਾਡੇ ਘਰ ਦੇ ਬਾਹਰ ਔਰਤ ਦੇ ਨਾਮ ਦੀ ਨੇਮ ਪਲੇਟ ਲਾਣੀ ਹੈ ਜਿਹੜੀ ਵੱਡੀ ਔਰਤ ਹੈ ਘਰ ਦੇ ਕੀ ਕੰਮ ਹੋਇਆ ਇਹਦਾ ਇਹ ਹੈਗਾ ਜੀ ਅਸੀਂ ਸਭ ਤੋਂ ਪਹਿਲਾਂ ਲੋਕਾਂ ਨੂੰ ਪੁੱਛ ਕੇ ਹੀ ਸਾਰਾ ਕੰਮ ਸ਼ੁਰੂ ਕੀਤਾ ਹੈ ਅਸੀਂ ಗ್ರಾಮ ਸਭਾ ਦਾ ਆਮ ਜਲਾਸ ਬੁਲਾਇਆ ਉਸ ਦੇ ਵਿੱਚ ਅਸੀਂ ਇਹ ಗ್ರಾಮ ਸਭਾ ਚ ਜਿਹੜਾ ਹੈਗਾ ਮਤਾ ਪਾਸ ਕੀਤਾ ਫਿਰ ਹੀ ਅਸੀਂ ਸ਼ੁਰੂਆਤ ਕੀਤੀ ਹੈ ਉਸ ਤੋਂ ਬਾਅਦ ਅਸੀਂ ਪੰਚਾਇਤ ਚ ਮਤਾ ਪਾਸ ਕੀਤਾ ਫਿਰ ਲੋਕਾਂ ਦੀ ਰਾਇ ਨਾਲ ਹੀ ਕੀਤਾ ਹੈ ਸਾਰਾ ਕੰਮ ਹਾਂਜੀ ਹੁਣ ਜਦੋਂ ਪਿੰਡ ਚ ਕੋਈ ਬਾਹਰੋਂ ਬੰਦਾ ਆਉਂਦਾ ਉਹ ਚੀਜ਼ ਨੂੰ ਸਰਾਂਦਾ ਹੀ ਚੀਜ਼ ਹੈ ਹਾਂ ਉਹ ਸਲੰਘਾ ਕਰਦੇ ਨੇ ਪੰਚਾਇਤ ਦੀ ਸਾਡੇ ਜਿਹੜੇ ਇਹ ਨੌਜਣ ਸਰਪੰਚ ਨੇ ਸੈਸ਼ਨਦੀਪ ਕੌਰ ਸਿੱਧੂ ਬਹੁਤ ਵਧੀਆ ਪਿੰਡ ਲਈ ਉਦਮ ਕਰ ਰਹੇ ਨੇਗੇ ਖਾਸ ਕਰ ਔਰਤਾਂ ਦੀ ਭਲਾਈ ਲਈ ਮਤਲਬ ਤੁਹਾਨੂੰ ਲੱਗਦਾ ਕਿ ਜੇ ਇਸੇ ਤਰੀਕੇ ਨਾਲ ਇਹ ਜਿਹੜਾ ਜਾਰੀ ਰਹੂਗਾ ਜਾਂ ਇੱਕ ਥੋੜੇ ਪਿੰਡ ਤੋਂ ਸ਼ੁਰੂਆਤ ਹੋਈ ਹੈ ਅੱਗੇ ਵੀ ਲੋਕ ਜਿਹੜੇ ਆ ਇਹ ਮਾਨ ਸਨਮਾਨ ਦੇਣਗੇ ਘਰ ਦੀਆਂ ਔਰਤਾਂ ਨੂੰ ਹਾਂਜੀ ਹਾਂ ਸਾਨੂੰ ਕੋਸ਼ਿਸ਼ ਹੈ ਲੱਗਦਾ ਹੈ ਸਮੇਂ ਬੈ ਵੀ ਕਰਨਗੇ ਲੋਕ ਇਸ ਤਰ੍ਹਾਂ ਥੋੜਾ ਬਦਲਾ ਆ ਰਿਹਾ ਹੈਗਾ ਤੇ ਸਰਪੰਚ ਨੂੰ ਆ ਕੇ ਲੇਡੀਜ਼ ਮਿਲ ਵੀ ਰਹੀਆਂ ਨੇ ਕਹਿ ਰਹੀਆਂ ਨੇ ਜੋ ਚੰਗਾ ਕੰਮ ਕਰ ਰਹੇ ਸਲਾਂਗਾ ਕਰ ਰਹੇ ਇਸ ਕੰਮ ਦੀ ਜਿਹੜੇ ਪੰਜ ਤੁਸੀਂ ਵਾਰਡ ਦੱਸਿਆ ਉਹ ਬੋਰਡ ਕਿ ਕੀ ਨਾਮ ਦੇ ਰੱਖਲੇ ਉਹ ਜਿਵੇਂ ਆਪਣੇ ਗੁਰੂ ਨਾਨਕ ਦੇਵ ਜੀ ਦੇ ਜੇ ਅੰਗੀ ਸੰਗੀ ਸਾਥੀ ਸੀ ਉਹਨਾਂ ਦੇ ਨਾਮ ਤੇ ਰੱਖੇ ਭਾਈ ਮਰਦਾਨਾ ਭਾਈ ਲਾਲੋ ਭਾਈ ਲੈਣਾ ਜੀ ਇਸ ਤਰ੍ਹਾਂ ਦੇ ਸਾਰੇ ਪੰਜ ਨੇ ਪੰਜਾਂ ਦੇ ਨਾਮ ਤੇ ਅਸੀਂ ਰੱਖੇ ਹੋਏ ਪਲੱਸ ਇਹ ਹੈਗੇ ਅਸੀਂ ਲਾਇਬ੍ਰੇਰੀ ਬਣਾ ਰਹੇ ਆ ਉਹਦਾ ਨਾਮ ਜਿਹੜਾ ਹੈਗਾ ਅਮਰਤਾ ਪ੍ਰੀਤਮ ਯਾਦਗਰੀ ਲਾਇਬ੍ਰੇਰੀ ਹੋਏਗਾ ਮਤਲਬ ਉਹ ਵੀ ਇਸ ਨਾਮ ਤੇ ਹੈ ਜਿਹੜੀ ਤੁਹਾਡੇ ਪਿੰਡ ਚ ਸ਼ੁਰੂਆਤ ਹੋਈ ਹੈ ਔਰਤਾਂ ਦਾ ਨਾਂ ਲਿਖਿਆ ਜਾਂਦਾ ਕੀ ਕਰਨ ਦੇ ਬਾਅਦ ਇਹ ਤਾਂ ਸਭ ਤੋਂ ਪਹਿਲਾਂ ਤਾਂ ਡੈਲੀ ਪੋਸਟ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਇਹ ਬਹੁਤ ਹੀ ਵਧੀਆ ਯਾਨੀ ਕਿ ਜਿਹੜਾ ਆਪਣੀ ਲੜਕੀ ਯੂਥ ਨੇ ਕੰਮ ਕਰਿਆ ਨਾ ਇਹ ਸ਼ੈਸ਼ਨਦੀਪ ਕੌਰ ਨੇ ਬਹੁਤ ਹੀ ਚੰਗਾ ਤੇ ਸਲਾਘਾਯੋਗ ਕੰਮ ਜੋ ਕਿ ਆਪਾਂ ਹੁਣ ਪਿੰਡਾਂ ਦੇ ਵਿੱਚ ਦੇਖਦੇ ਆਂ ਵੀ ਇਨਾਂ ਔਰਤਾਂ ਨੂੰ ਕੋਈ ਸਨਮਾਨ ਨਹੀਂ ਦਿੱਤਾ ਜਾਂਦਾ ਪਰ ਜਿਹੜਾ ਇਹਨਾਂ ਨੇ ਇਹ ਪ੍ਰਾਰਾਲਾ ਕਰਿਆ ਇਹਦੇ ਨਾਲ ਬਹੁਤ ਜ਼ਿਆਦਾ ਫਰਕ ਪੈ ਗਿਆ ਹਮਾਂ ਬਹੁਤ ਮਤਲਬ ਵਧੀਆ ਕੰਮ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਵੀ ਇਹ ਜੇ ਹਰ ਪਿੰਡ ਦੇ ਵਿੱਚ ਇਹ ਜੇ ਸਰਪੰਚ ਬਣਾਏ ਜਾਣ ਤਾਂ ਕਿ ਔਰਤਾਂ ਨੂੰ ਅੱਗੇ ਲੰਦਾ ਜਾਵੇ ਤਾਂ ਜੋ ਔਰਤਾਂ ਵੀ ਆਪਣਾ ਹੱਕ ਮਤਲਬ ਕਰਕੇ ਆਪਣਾ ਕੰਮਕਾਰ ਮਤਲਬ ਐਸ ਲੋਟਰੀ ਕਰਕੇ ਆਦਮੀਆਂ ਨਾਲ ਹੱਥ ਬਟਾਉਣ ਤੇ ਇਹ ਬਹੁਤ ਹੀ ਵਧੀਆ ਪ੍ਰਾਲਾਹੀ ਹੈ ਜੀ ਸੈਸ਼ਨਦੀਪ ਸਰਪੰਚ ਦਾ ਧੰਨਵਾਦ ਕਰਦੇ ਆ ਅਸੀਂ ਕਿ ਮਨਚ ਨਹੀਂ ਹੈ ਕਿ ਸਾਡੇ ਪਿੰਡ ਦੇ ਵਿੱਚ ਲੇਡੀਜ਼ ਦਾ ਨਾਮ ਉੱਪਰ ਵੀ ਸਾਡਾ ਹੋਣਾ ਚਾਹੀਦਾ ਹੈ ਨਹੀਂ ਨਹੀਂ ਬਿਲਕੁਲ ਨਹੀਂ ਜੀ ਇਹ ਹੀ ਇਹ ਹੀ ਕੋਈ ਗੱਲ ਨਹੀਂ ਹੈ ਲੱਗਦਾ ਕਿ ਇਹ ਚੀਜ਼ ਅਸਰ ਪਾਉਗੀ ਦੂਸਰੇ ਪਿੰਡ ਦੇ ਲੋਕਾਂ ਤੇ ਵੀ ਆਮ ਸ਼ਹਿਰਾਂ ਤੇ ਵੀ ਕੀ ਘਰ ਦੀ ਜਿਹੜੀ ਔਰਤ ਹੈ ਬਰਾਬਰ ਦੀ ਉਹ ਹਿੱਸੇਦਾਰ ਹੁੰਦੀ ਹੈ ਘਰ ਚਲਾਉਣ ਦੇ ਵਿੱਚ ਵੱਡਾ ਰੋਲ ਹੁੰਦਾ ਹੈ ਸਨਮਾਨ ਦੇਣਾ ਬਾਕੀ ਨੂੰ ਚਾਹੀਦਾ ਲੋਕਾਂ ਨੂੰ ਦੇਖੋ ਜੀ ਕੋਸ਼ਿਸ਼ ਕਰਨੀ ਤਾਂ ਆਪਾਂ ਨੂੰ ਚਾਹੀਦੀ ਆ ਦੇਖੋ ਬੋਕੀ ਲੋਕਾਂ ਦੀ ਸਮਝਣ ਦੀ ਗੱਲ ਹੈ ਨਾ ਆਪਾਂ ਕੋਸ਼ਿਸ਼ ਜਾਰੀ ਕਰ ਰਹੇ ਆ ਤੇ ਮਤਲਬ ਜਰੂਰ ਰਿਜ਼ਲਟ ਮਿਲੂਗਾ ਜੇ ਆਪਾਂ ਦਿਨੋਂ ਕੰਮ ਕਰਾਂਗੇ ਤਾਂ ਉਹਦਾ ਰਿਜ਼ਲਟ ਜਰੂਰ ਮਿਲੂਗਾ ਤੇ ਆਸ ਵੀ ਆ ਤੇ ਸਾਨੂੰ ਲੱਗ ਵੀ ਰਿਹਾ ਅੱਗੇ ਨਾਲੋਂ ਜਿਵੇਂ ਹੁਣ ਪਹਿਲਾਂ ਮਤਲਬ ਸੀਗਾ ਬਹੁਤ ਔਰਤਾਂ ਮਤਲਬ ਕੰਮ ਮੈਸਲੂਟ ਨਹੀਂ ਆ ਰਹੀਆਂ ਸੀ ਅੱਗੇ ਪਰ ਜਦੋਂ ਹੁਣ ਇਹ ਲੜਕੀ ਨੇ ਕੰਮ ਦਾ ਸਟਾਰਟ ਕਰਿਆ ਪਿੰਡ ਦੇ ਵਿੱਚ ਔਰਤਾਂ ਬਹੁਤ ਮਤਲਬ ਆਪਣਾ ਜਮੈਸ਼ ਕਰ ਰਹੀਆਂ ਕੰਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਤਾਂ ਉਹਨਾਂ ਨੂੰ ਫਰਕ ਮੈ ਹੋ ਜਗਾ ਜੀ ਸਾਨੂੰ ਪਿੰਡ ਦੇ ਵਿੱਚ ਇਹ ਜੀ ਗੱਲ ਨਹੀਂ ਹੈਗੀ ਤੇ ਇਹ ਠੀਕ ਹੈ ਜੀ ਸਾਰਾ ਪਿੰਡ ਰਾਜ਼ੀ ਹੈ ਸਾਰਾ ਪਿੰਡ ਹਾਂ ਹਾਂ ਜੀ ਹਾਂ ਜੀ ਕੁੱਲ ਮਿਲਾ ਕੇ ਰਾਜ਼ੀ ਆ ਜੀ ਬਿਲਕੁਲ ਇਹ ਬੜੀ ਵੱਡੀ ਗੱਲ ਹੈਗੀ ਹੈ ਕਿ ਜਿਹੜੇ ਅਸੀਂ ਇਲਾਕੇ 'ਚ ਰਹਿੰਦੇ ਆ ਜਾਂ ਉਹ ਉਸ ਇਲਾਕੇ ਦੇ ਲੋਕਾਂ ਦੀ ਇੱਕ ਵਾਰ ਸੋਚ ਹੋਣੀ ਬਹੁਤ ਜ਼ਰੂਰੀ ਹੈ ਜਿਹੜੀ ਇਹ ਪਹਿਲ ਕੀਤੀ ਗਈ ਹੈ ਸਰਪੰਚ ਵੱਲੋਂ ਹੈਗੀ ਹੈ ਤੇ ਜਿਹੜੇ ਪਿੰਡ ਦੇ ਲੋਕ ਆ ਪੂਰਾ ਸਹਿਯੋਗ ਦੇ ਰਹੇ ਇਹਨਾਂ ਨੂੰ ਤੇ ਇਹਦੇ ਨਾਲ ਨਾਲ ਜਿਹੜੇ ਵਾਰਡ ਬਣੇ ਆ ਉਹ ਵੀ ਗੁਰੂਆਂ ਦੇ ਨਾਮ ਦੇ ਉੱਤੇ ਰੱਖੇ ਜਾ ਰਹੇ ਆ ਤੇ ਸਭ ਤੋਂ ਵੱਡਾ ਮੈਸੇਜ ਜਿਹੜਾ ਇਹੀ ਹੈ ਕਿ ਪੁਰਸ਼ ਪ੍ਰਧਾਨ ਦੇਸ਼ ਦੇ ਵਿੱਚ ਜੇਕਰ ਇਸੇ ਤਰੀਕੇ ਨਾਲ ਔਰਤਾਂ ਨੂੰ ਸਨਮਾਨ ਮਿਲਦਾ ਰਿਹਾ ਤਾਂ ਔਰਸਾ ਔਰਤਾਂ ਦੇ ਉੱਤੇ ਜਿਹੜੇ ਤਸ਼ੱਦਦ ਹੈ ਉਹ ਇੱਕ ਨਾ ਇੱਕ ਦਿਨ ਜ਼ਰੂਰ ਠੱਲ ਪਾਊਗਾ ਨਾ ਦੇਤੇ ਤੇ ਲੋਕ ਵੀ ਜਿਹੜੇ ਆ ਇਸ ਰਾਤ ਹੀ ਉੱਤੇ ਜਿਹੜੇ ਤੁਰੇ ਆ ਇੱਕ ਵੱਡਾ ਮੈਸੇਜ ਲੈ ਕੇ ਤੁਰੇ ਤਾਂ ਕਿ ਲੋਕ ਵੱਧ ਤੋਂ ਵੱਧ ਕਰਦੀਆਂ ਔਰਤਾਂ ਦੀ ਸਨਮਾਨ ਸਨਮਾਨ ਦੇਣ ਉਹਨਾਂ ਨੂੰ ਤੇ ਇਸੇ ਤਰੀਕੇ ਨਾਲ ਇਹਨਾਂ ਦਾ ਇਹੀ ਕਹਿਣਾ ਪਿੰਡ ਵਾਸੀਆਂ ਦਾ ਕਿ ਇਹ ਪੂਰੇ ਪਿੰਡ ਦੇ ਵਿੱਚ ਨੇਮ ਪਲੇਟਾਂ ਲਗਾਈ ਜਾਣੀਆਂ ਤੇ ਇੱਕ ਚੰਗਾ ਮੈਸੇਜ ਇਸ ਪਿੰਡ ਵੱਲੋਂ ਦਿੱਤਾ ਜਾ ਰਿਹਾ ਕੈਮਰਾਮੈਨ ਗੁਰਵੰਦਰ ਦੇ ਨਾਲ ਅ ਮਾਨਖਾਨਾ ਬਠਿੰਡਾ 4 ਲੱਖ ਤੋਂ ਵੀ ਘੱਟ ਖਰਚੇ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਕੈਨੇਡਾ ਜਾਂ ਯੂਕੇ ਆਇਲਜ਼ ਨਾਲ ਜਾਂ ਬਿਨਾ ਆਇਲਜ਼ ਤੋਂ ਇੱਕ ਵਾਰ ਫਲਾਈ ਰਾਈਟ ਵੀਜ਼ਾ ਕੰਸਲਟੈਂਟ ਦੇ ਲੁਧਿਆਣਾ ਆਫਿਸ ਜਾਂ ਚੰਡੀਗੜ੍ਹ ਆਫਿਸ ਆ ਕੇ ਮਿਲੋ ਜਾਂ ਸਾਨੂੰ ਕਾਲ ਕਰੋ 9815608585 ਤੇ